ਦੱਸਿਆ ਤਾਂ ਹੈਗਾ ਸੀ ਉਹਦੇ ਕਰਕੇ ਹੋਣੀ ਸੀ ਉਹ ਜਿਹੜਾ ਲੱਕੜ ਦੀ ਮੰਗਿਆ ਸੀ ਉਹ ਤਾਂ ਹੋਣਾ ਹੀ ਸੀਗਾ ਵੀ ਜੀ ਉਸ ਤੋਂ ਬਿਨਾਂ ਤਾਂ ਹਾਂਜੀ ਬਸ 1 ਲੱਖ ਹੀ ਮੰਗਿਆ ਜੀ ਬਸ 1 ਲੱਖ ਹੀ ਮੰਗਿਆ ਅੱਛਾ ਫਿਲਹਾਲ ਹਜੇ 1 ਲੱਖ ਦੀ ਆਈ ਜੀ ਫਿਲਹਾਲ ਹਾਂਜੀ ਉਹ ਯਾਰ ਛੋਟੇ ਵੀਰ ਕਿਉਂ ਮਜ਼ਾਕ ਕਰਦੇ ਹੋ ਕੀ ਕਹਿੰਦਾ ਕਿ ਤੁਹਾਨੂੰ ਆ ਕੇ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਕਹਿੰਦਾ ਆਹੋ ਕਹਿੰਦਾ ਐਮਐਲਏ ਸਾਹਿਬ ਦੀ ਗੱਲ ਹੋਈ ਹੋਣੀ ਹੈ ਤੁਹਾਡੇ ਨਾਲ ਹਾਂ ਮੈਂ ਵੀ ਮੇਰੇ ਨਾਲ ਤਾਂ ਗੱਲ ਨਹੀਂ ਹੋਈ ਹਾਂ ਕੁਛ ਨਾ ਕੋਈ ਲੱਭਦੇ ਨੇ ਲੇਕਿਨ ਮੇਰੇ ਵਰਕਰ ਨੇ ਕਿਸੇ ਨੇ ਅਗਰ ਪੈਸਾ ਮੰਗਿਆ ਕੁਝ ਸਾਬਤ ਹੁੰਦਾ ਮੈਂ ਠੋਕ ਕੇ ਉੱਤੇ ਪਰਚਾ ਵੀ ਕਰਾਉਂ ਮੈਂ ਗਲਤ ਬੰਦੇ ਦੀ ਸ਼ਿਕਾਇਤ ਤੁਹਾਡੇ ਵਰਕਰ ਨੇ ਅੱਜ ਪਹਿਲੀ ਗੱਲ ਤਾਂ ਇਹ ਕਿ ਮੇਰੇ ਕਿਸੇ ਬੰਦੇ ਨੇ ਕੋਈ ਪੈਸਾ ਨਹੀਂ ਮੰਗਿਆ ਅੱਛਾ ਭਰਪੂਰ ਨੇ ਸਾਰੇ ਲੋਕ ਪੈਸਾ ਮੰਗਣ ਵਾਲੇ ਲੋਕ ਚਲੇ ਗਏ ਉਹਨਾਂ ਨੂੰ ਹੋਰ ਕੋਈ ਬਹਾਨਾ ਨਹੀਂ ਲੱਭਦਾ ਇਹੋ ਜਿਹਾ ਕੁਝ ਲੇਕਿਨ ਇਹੋ ਜਿਹੀ ਮੇਰੇ ਹਲਕੇ 'ਚ ਮੇਰਾ ਵਰਕਰ ਕੋਈ ਇਹੋ ਜਿਹਾ ਕੰਮ ਅਗਰ ਮੇਰਾ ਵਰਕਰ ਜਾਂ ਮੇਰੇ ਸਾਥੀਆਂ 'ਚੋਂ ਭਾਵੇਂ ਖੁਦ ਮੇਰਾ ਭਾਈ ਵੀ ਕਿਉਂ ਨਾ ਹੋਵੇ ਮੈਂ ਸਭ ਤੋਂ ਪਹਿਲਾਂ ਡਾਕਟਰ ਨੂੰ ਤੁਹਾਡੇ ਪੀਏ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿੱਥੇ ਪੈਸੇ ਮੰਗੇ 1 ਲੱਖ ਰੁਪਈਆ ਵਰਮਾ ਸਿੰਘ ਤੋਂ ਜੋ ਕਿ ਹਾਂਜੀ ਬਸ 1 ਲੱਖ ਹੀ ਮੰਗਿਆ ਜੀ ਬਸ 1 ਲੱਖ ਹੀ ਮੰਗਿਆ ਅੱਛਾ ਫਿਲਹਾਲ ਹਜੇ 1 ਲੱਖ ਦੀ ਆਈ ਜੀ ਗੱਲ ਫਿਲਹਾਲ ਹਾਂਜੀ ਉਹ ਯਾਰ ਛੋਟੇ ਵੀਰ ਕਿਉਂ ਮਜ਼ਾਕ ਕਰਦੇ ਹੋ ਅੱਜ ਪਹਿਲੀ ਗੱਲ ਤਾਂ ਇਹ ਕਿ ਮੇਰੇ ਕਿਸੇ ਬੰਦੇ ਨੇ ਕੋਈ ਪੈਸਾ ਨਹੀਂ ਮੰਗਿਆ ਅੱਛਾ ਜੀ ਭਰਪੂਰ ਨੇ ਸਾਰੇ ਲੋਕ ਪੈਸਾ ਮੰਗਣ ਵਾਲੇ ਲੋਕ ਚਲੇ ਗਏ ਉਹਨਾਂ ਨੂੰ ਹੋਰ ਕੋਈ ਬਹਾਨਾ ਨਹੀਂ ਲੱਭਦਾ ਇਹੋ ਜਿਹਾ ਕੁਛ ਨਾ ਕੋਈ ਲੱਭਦੇ ਨੇ ਲੇਕਿਨ ਮੇਰੇ ਵਰਕਰ ਨੇ ਕਿਸੇ ਨੇ ਅਗਰ ਪੈਸਾ ਮੰਗਿਆ ਕੁਛ ਸਾਬਤ ਹੁੰਦਾ ਮੈਂ ਠੋਕ ਕੇ ਉੱਤੇ ਪਰਚਾ ਵੀ ਕਰਾਉਂ ਮੈਂ ਗਲਤ ਬੰਦੇ ਦੀ ਸ਼ਿਕਾਇਤ ਤੁਹਾਡੇ ਵਰਕਰ ਨੇ ਆਰੋਪ ਲਗਾਇਆ ਜੀ ਹੋ ਸਕਦਾ ਮੇਰਾ ਵਰਕਰ ਨਾ ਹੋ ਜਿਹਨੇ ਰੋਕ ਪਹਿਲਾਂ ਆਪਾਂ ਜ਼ਰੂਰ ਚੈੱਕ ਕਰਾਂਗੇ ਨੂੰ ਕਿ ਵਰਕਰ ਕੌਣ ਹੈ ਦੋਸ਼ ਲਾਉਣ ਵਾਲਾ ਦੇਖੋ ਹਰ ਇੱਕ ਪਾਰਟੀ ਦੇ ਵਿੱਚ ਅੱਛੇ ਬੁਰੇ ਲੋਕ ਸਾਰੇ ਹੁੰਦੇ ਕੁਛ ਲੋਕ ਇਹੋ ਜਿਹੇ ਦੂਸਰੀਆਂ ਪਾਰਟੀਆਂ ਤੋਂ ਆ ਕੇ ਘੁਸਪੈਠ ਕਰਕੇ ਬਲੈਕਮੇਲ ਕਰਕੇ ਇਹੋ ਜਿਹੇ ਧੰਦੇ ਸ਼ੁਰੂ ਕਰ ਦਿੰਦੇ ਲੇਕਿਨ ਇਹੋ ਜਿਹੇ ਮੇਰੇ ਹਲਕੇ 'ਚ ਮੇਰਾ ਵਰਕਰ ਕੋਈ ਇਹੋ ਜਿਹਾ ਕੰਮ ਅਗਰ ਮੇਰਾ ਵਰਕਰ ਜਾਂ ਮੇਰੇ ਸਾਥੀਆਂ 'ਚੋਂ ਭਾਵੇਂ ਖੁਦ ਮੇਰਾ ਭਾਈ ਵੀ ਕਿਉਂ ਨਾ ਹੋਵੇ ਮੈਂ ਸਭ ਤੋਂ ਪਹਿਲਾਂ ਡਾਕਟਰ ਨੂੰ ਮਕੇਲ ਕਸੋਗੇ ਜਿਹੜੇ ਕਹਿੰਦਾ ਉਹਨੇ ਵਾਰਡ ਦੇ ਗਿਲਦ ਬੰਦੇ ਹੈਗੇ ਆ ਹੁਣ ਥਾਣੇ ਜਿਵੇਂ ਪਹਿਲਾਂ ਅਕਾਲੀ ਦਲ ਔਰ ਕਾਂਗਰਸੀ ਪਿਛਲੇ ਦਿਨੀ ਮੈਂ ਪ੍ਰਾਪਰਟੀ ਡਿਲਰੇਸ਼ਨ ਦੇਖਿਆ ਵੀ ਧੱਕੇ ਨਾਲ ਪ੍ਰਧਾਨ ਬਣਾਉਣਾ ਉਹ ਇਹ ਚਲਨ ਕਿਉਂ ਸ਼ੁਰੂ ਕੀਤਾ ਹੋਇਆ ਤੁਸੀਂ ਛੋਟੀ ਵੀਰ ਇਹ ਹਲਕੇ ਦੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਆਪ ਬਣਾਇਆ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਇਹਦੇ ਕਰਕੇ ਦੂਜੇ ਮੈਂ ਇੱਕ ਤੁਹਾਨੂੰ ਸੁਜੈਸ਼ਨ ਵੀ ਦਿੰਦਾ ਇਸੇ ਕਰਕੇ ਦੂਜੀ ਸਰਕਾਰ ਨਹੀਂ ਆਈ ਲੋਕਾਂ ਨਾਲ ਲਾਈਕ ਨਹੀਂ ਕੀਤਾ ਮੈਂ ਰੀਤ ਤੋੜਨਾ ਚਾਹੂੰਗਾ ਅਗਰ ਤੁਹਾਨੂੰ ਕਿਤੇ ਇਹੋ ਜਿਹਾ ਗੱਲ ਲੱਗੀ ਹੈ ਕਿਸੇ ਕੋਈ ਜ਼ਬਰਦਸਤੀ ਕਿਸੇ ਨੇ ਠੋਸਿਆ ਜਾਂ ਕੁਛ ਇਹੋ ਜਿਹਾ ਕੀਤਾ ਜਿਹੜਾ ਕੈਪੀਬਲ ਨਹੀਂ ਤੁਸੀਂ ਬਿਲਕੁਲ ਜਦੋਂ ਮਰਜ਼ੀ ਆ ਕੇ ਸਲਾਹ ਦੇ ਸਕਦੇ ਅਸੀਂ ਡੇਰਾ ਬਸੀਂ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਣਾ ਅਸੀਂ ਛੋਟੀਆਂ ਲੜਾਈਆਂ 'ਚ ਨਹੀਂ ਪੈਣਾ ਤੁਸੀਂ ਛੋਟੇ ਵੀਰ ਥਾਣੇ ਕੋਰਟ ਕਚਹਿਰੀਆਂ ਜਾ ਕੇ ਦੇਖੋ ਘੱਟੋ ਘੱਟ ਕਰਪਸ਼ਨ ਫ੍ਰੀ ਡੇਰਾ ਬਸੀ ਹੋਇਆ ਹੋਇਆ ਤੁਸੀਂ ਥੋੜੀ ਬਹੁਤੀ ਰਾਹਤ ਤਾਂ ਮਹਿਸੂਸ ਕਰਦੇ ਹੋ ਨਾ ਗਾਲੇ ਅੰਗਰੇਜ਼ਾਂ ਨਾਲੋਂ ਕੁਛ ਤਾਂ ਫਰਕ ਪਿਆ ਨਾ ਬਹੁਤ ਵੱਡੀ ਰਾਹਤ ਹੈ ਜੀ ਮੈਂ ਜਿਹੜੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਅੱਜ ਸਮਾਂ ਨਹੀਂ ਗੱਲਾਂ ਕਰਨ ਦਾ ਅੱਜ ਤਾਂ 1 ਕਰੋੜ ਰੁਪਏ ਦੇ ਪ੍ਰੋਜੈਕਟ ਹੀ ਮਿਲਿਆ ਮੇਰੇ ਸੀਐਮ ਸਾਹਿਬ ਵੱਲੋਂ ਬਾਕੀ ਦੇਖੋਗੇ ਜੇ ਕੁਝ ਬਹੁਤ ਵੱਡੀ ਅਨਾਊਂਸਮੈਂਟ ਹੈ ਛੋਟੇ ਵੀਰ ਅੱਜ ਪੰਜਾਬ ਸਰਕਾਰ ਵੱਲੋਂ 55 ਲੱਖ ਦਾ ਇੱਕ ਜਿਹੜਾ ਅੱਗ ਬੁਝਾਉਣ ਵਾਲਾ ਜਿਹੜਾ ਸਾਡਾ ਟਰੱਕ ਹੈ ਦਿੱਤਾ 25 ਲੱਖ ਦੇ ਕਰੀਬ 24 ਲੱਖ ਦੇ ਕਰੀਬ ਜਿਹੜੀ ਕੈਟਾ ਫੜਨ ਵਾਲੀ ਕੈਟਾ ਆਵਾਰਾ ਪਸ਼ੂ ਵਾਲੀ ਦੋ ਟਰੈਕਟਰ ਜਿਹੜੇ ਦਿੱਤੇ ਆ ਉਹ ਵੀ ਘੱਟੋ ਘੱਟ 15 ਲੱਖ ਦੇ ਕਰੀਬ ਹੋਣਗੇ ਅੱਜ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੇ 1 ਕਰੋੜ ਰੁਪਈਏ ਦਾ ਖਰਚਾ ਕਰਕੇ ਸਾਡੇ ਡੇਰਾ ਬਸੀ ਹਲਕੇ ਨੂੰ ਉਹ ਚੀਜ਼ਾਂ ਦਿੱਤੀਆਂ ਜਿਹੜੀ ਕਿ ਨੈਸੈਸਿਟੀ ਸੀ ਹੁਣ ਖਾਸ ਕਰ ਆਹ ਜਿਹੜੀ ਗੱਡੀ ਹੈ ਇਹਦੇ ਪਾਸੇ ਧਿਆਨ ਹੀ ਨਹੀਂ ਸੀ ਕਿਸੇ ਦਾ ਔਰ ਮੈਂ ਇਸ ਗੱਲ ਤੋਂ ਖੁਸ਼ੀ ਮਹਿਸੂਸ ਕਰਦਾ ਕਿ 2 ਗੱਡੀਆਂ ਸੀਗੀਆਂ ਪੰਜਾਬ 'ਚ ਫਾਇਰ ਵਾਲੀਆਂ ਇਹ ਗੱਡੀ ਮੈਨੂੰ ਡੇਰਾ ਬਸੀ ਨਹੀਂ ਮਿਲੀ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਔਰ ਡੇਰਾ ਬਸੀ ਹਲਕੇ ਦੀ ਜਨਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਉੱਤੇ ਵਿਧਾਨ ਸਭਾ ਮੈਨੂੰ ਭੇਜਿਆ ਗਿਆ ਉਸ ਕਰਕੇ ਤੁਹਾਡੀ ਹਲਕੇ ਦੀ ਜਿਹੜੀ ਲੜਾਈ ਜਾਂ ਮੰਗ ਮੰਗ ਕੇ ਮੈਨੂੰ ਸਭ ਕੁਝ ਦਿੱਤਾ ਗਿਆ ਔਰ ਮੈਂ ਤੁਹਾਡੇ ਹਲਕੇ ਵਾਲੇ ਵਾਸੀਆਂ ਨੂੰ ਖਾਸ ਕਰ ਆਪਣੇ ਮੀਡੀਆ ਵਾਲੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਕਿ ਬੜੀ ਜਲਦੀ ਬਹੁਤ ਵੱਡੀ ਅਨਾਊਂਸਮੈਂਟ ਜ਼ੀਰਕਪੁਰ ਦੇ ਵਿੱਚ ਹੋਣ ਜਾ ਰਹੀ ਹੈ ਇੱਕ ਸਰਕਾਰ ਨੇ ਕੱਲ ਸੀਐਮ ਸਾਹਿਬ ਨੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ 3-3 ਮੰਗਾਂ ਪੁੱਛੀਆਂ ਜਿਹੜੀ ਇੱਕ ਸਾਲ 'ਚ ਪੂਰੀ ਕਰਨ ਦਾ ਵਾਅਦਾ ਕੀਤਾ ਤੁਸੀਂ ਹਲਕੇ ਵੱਲੋਂ ਕਿਹੜੀ 3 ਮੰਗਾਂ ਰੱਖੀਆਂ ਮੈਂ ਵੀ ਹੈਸ ਨੇ ਛੋਟੀ ਹਾਂਜੀ ਤਾਂ ਪੁੱਛਿਆ ਕੀ ਮੰਗਾਂ ਰੱਖੀਆਂ ਮੈਂ ਜ਼ੀਰਕਪੁਰ ਲਈ ਮੰਗਿਆ ਸਭ ਕੁਝ ਯਾਰ ਕੀ ਮੰਗੇ ਮੈਂ ਸੜਕਾਂ ਡੇਰਾ ਬਸੀ ਲਈ ਲਾਲੂ ਵਾਲੇ ਸਿਰੇ ਦੀ ਜ਼ੀਰਕਪੁਰ ਲਈ ਮੈਂ ਬੱਸ ਅੱਡਾ ਮੰਗਿਆ ਜ਼ੀਰਕਪੁਰ ਲਈ ਹਸਪੀਟਲ ਮੰਗਿਆ ਜ਼ੀਰਕਪੁਰ ਲਈ ਕੁੜੀਆਂ ਦਾ ਕਾਲਜ ਮੰਗਿਆ ਮੈਂ ਤਾਂ ਇਹ ਵੀ ਕਹਿ ਤਾ ਕਿ ਸੀਐਮ ਸਾਹਿਬ ਜਿੰਨੀ ਜ਼ਮੀਨ ਤੁਹਾਨੂੰ ਚਾਹੀਦੀ ਹੈ ਪੰਚਾਇਤੀ ਜ਼ਮੀਨ ਜਾਂ ਕਮੇਟੀ ਦੀ ਜਿੱਥੇ ਵੀ ਹੈ ਅਸੀਂ ਤੁਹਾਨੂੰ ਮੁਹੱਈਆ ਕਰਾ ਕੇ ਦੇਵਾਂਗੇ ਅੱਜ ਚੰਡੀਗੜ੍ਹ ਮੋਹਾਲੀ ਤੋਂ ਵੱਧ ਤਰੱਕੀ ਕਰ ਰਿਹਾ ਮੇਰਾ ਸੋਹਣਾ ਜ਼ੀਰਕਪੁਰ ਲੇਕਿਨ ਬਰਬਾਦ ਕਰ ਦਿੱਤਾ ਅਸੀਂ ਰਾਜਨੀਤੀ ਦੀ ਪੇਟ ਚੜ੍ਹ ਗਏ ਸਾਡੇ ਸ਼ਹਿਰ ਅਸੀਂ ਰਾਜਨੀਤੀ ਇੱਕ ਪਾਸੇ ਛੱਡ ਗਏ ਵਿਕਾਸ ਵਾਲੇ ਪਾਸੇ ਰੰਧਾਵਾ ਸਾਹਿਬ ਇੱਕ ਨਾ 32 ਲੱਖ ਦੀ ਲਾਗਤ ਨਾਲ ਜ਼ੀਰਕਪੁਰ 'ਚ ਕੁੱਤਿਆਂ ਦਾ ਹਸਪਤਾਲ ਬਣਿਆ ਸੀ ਜਿੱਥੇ ਕੁੱਤਿਆਂ ਦਾ ਪਰ ਅਜੇ ਤੱਕ ਸਟਾਫ ਨਾ ਹੋਣ ਕਰਕੇ ਖੰਡਰ ਬਣ ਗਿਆ ਕਿ ਇਹ ਵੀ ਇੱਕ ਟਰੱਕ ਦਾ ਖੰਡਰ ਤਾਂ ਨਹੀਂ ਬਣ ਜਾਣਗੇ ਛੋਟੀ ਫਿਰ ਜਿਹੜਾ ਚੀਜ਼ ਅਸੀਂ ਲੈ ਕੇ ਆਏ ਸੀਐਮ ਸਾਹਿਬ ਨੇ ਅੱਜ ਜਿਹੜੇ ਪੁਰਾਣੇ ਚੋਰ ਡਾਕੂ ਡਕੈਤ ਜਿਹੜੇ ਸਾਰਾ ਪੰਜਾਬ ਦਾ ਖਜ਼ਾਨਾ ਲੁੱਟ ਕੇ ਖਾ ਗਏ ਸੀ ਉਸ ਖਜ਼ਾਨੇ 'ਚੋਂ ਪਾਈ ਪਾਈ ਇਕੱਠੀ ਕਰਕੇ ਸਾਨੂੰ ਗੱਡੀਆਂ ਦਿੱਤੀਆਂ ਇਹ ਵਿਅਰਥ ਨਹੀਂ ਜਾਣਗੀਆਂ ਇਹ ਸਿਰਫ ਦਰਸ਼ਨੀ ਘੋੜੇ ਨਹੀਂ ਹੋਣਗੇ ਕੰਮ ਕਰਨਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਆਵਾਰਾ ਜਾਨਵਰਾਂ ਦੀ ਬਹੁਤ ਤਕੜੀ ਪ੍ਰੋਬਲਮ ਚੱਲ ਰਹੀ ਹੈ ਛੋਟੇ ਵੀਰ ਇਕੱਲੇ ਆਵਾਰਾ ਜਾਨਵਰਾਂ ਦੀ ਭਰਮਾਰ ਨਹੀਂ ਹੈਗੀ ਆਵਾਰਾ ਗੰਦੇ ਰਾਜਨੀਤੀ ਲੋਕਾਂ ਦੀ ਬਹੁਤ ਵੱਡੀ ਭਰਮਾਰ ਹੈ ਜਿਹੜਾ